29 सितंबर को रिलीज होगी फिल्म रब दी मेहर। अजय सरकारिया मुख भूमिका दे विच नजर आउणगे। फिल्म दे विच दर्शाई गई है मुहब्बत की कहानी। अजय सरकारिया ते कशिश राय ने दस्सिया कि फिल्म दे विच की खास है, एक बारी जानते हैं। सारे दर्शकों का बहुत बहुत स्वागत, मैं हाँ तुहाड़े नाल खुशी ही सरा। 22 सितंबर को रिलीज होने जा रही है पंजाबी फिल्म रब दी मेहर, ते इस टाइम मेरे नाल अजय सरकारिया मौजूद है। गल करदे आं उन्हां दे नाल फिल्म दे बारे, क्योंकि अज फिल्म का प्रीमियर आ, अजय असीं फिल्म देखनी आ। उस तो पहला किवें दी फीलिंग्स ने, की कुछ दिमाग चल रहा, मेरे नाल मौजूद आ सुनां दे कोल जाणदे। सत श्री अकाल जी। सत श्री अकाल सारिआं नूं। की हाल चाल? आओ जी, सानूं कशिश राय जी भी साडे कोल इत्थे मौजूद। आओ जी। सत श्री अकाल मैम। सत श्री अकाल जी। सत श्री अकाल। सब तो पहला तो मैं दसो किवें दे फीलिंग्स ने इस टाइम ते, क्योंकि फिल्म 22 सितंबर नूं रिलीज होने जा रही है। ट्रेलर नूं बड़ा पसंद किया जा रहा है लोगों के वालों, बैक टू बैक इंटरव्यूज भी चल रही थी, ते अज फिल्म दा प्रीमियर आ। पहला मैम तुहाडे कोल। मैं सच्ची दसा, अजे मैनूं पता नहीं मैं की फील कर रही हां। आई ऑनेस्टली डोंट नो। मैं उही इन्हां नूं कह रही सी अपनी टीम नूं, मैनू पूछ रहे सी मैम तुहानूं किद्दां दा लग रहा है। मैं क्या मैनू जेन्युइनली अजे पता नहीं कि मैं की फील कर रही हां, बट एक गल आ, एक ही वर्ड आ, ग्रेटफुलनेस। आई एम grateful that God has given me this chance and aaj main itthe ha with such lovely people and basically rab di mehr hoyi inna bilkul so ajay sir trailer release hoya ta koi bada special kise da message ya call aaya hove trailer dekhon to baad tuhade kol kise family member di gal kariye, film industry kise friend di gal kariye? family member to chalo hamesha supportive rehndi hai, film industry to zarur mainu ਸਾਰਿਆਂ ਦਾ ਹੀ, ਜਿਨ੍ਹਾਂ ਨਾਲ ਵੀ ਮੈਂ ਹਜੇ ਤੱਕ ਕੰਮ ਕੀਤਾ, ਖਾਸ ਕਰਕੇ ਉਹਨਾਂ ਸਾਰਿਆਂ ਦਾ ਮੈਨੂੰ ਮੈਸੇਜ ਆਇਆ ਸੀਗਾ। ਅਨਫੋਰਚੁਨੇਟਲੀ ਅੱਜ ਨਹੀਂ ਹੋ ਆ ਪਾਏ, ਕਿਉਂਕਿ ਅੱਧੇ ਜਾਣੇ ਬੰਬੇ, ਅੱਧਿਆਂ ਦਾ ਸ਼ੂਟ ਚੱਲ ਰਿਹਾ, ਬਟ ਸਾਰਿਆਂ ਦੀ ਬੈਸਟ ਵਿਸ਼ਸ ਮੇਰੇ ਨਾਲ ਹੈ ਜੀ। ਤੁਸੀਂ ਮੈਮ ਖੁਦ ਫਿਲਮ ਨੂੰ ਲਿਖਿਆ ਹੈ ਨਾ, ਤੇ ਕਿਵੇਂ ਅਜੇ ਸਰ ਕਿਵੇਂ ਹਿੱਸਾ ਬਣੇ ਇਸ ਫਿਲਮ ਦਾ, ਕੀ ਚੀਜ਼ ਤੁਹਾਨੂੰ ਖਾਸ ਲੱਗੀ ਕਿ ਹਾਂ ਇਹ ਰੋਲ ਇਹਨਾਂ ਤੇ ਹੀ ਟੁੱਕਦਾ ਤੇ ਇਹੀ ਪਰਫੈਕਟਲੀ ਨਿਭਾ ਸਕਦੇ ਨੇ? ਮੈਂ ਇਹੀ ਗੱਲ ਕਰੂੰਗੀ, ਰੱਬ ਦੀ ਮਿਹਰ ਹੋਗੀ ਕਿ ਅਜੇ ਪ੍ਰਮੋਸ਼ਨ ਆ, ਪੂਰਾ ਪ੍ਰਮੋਸ਼ਨ ਆ। ਬਟ ਓਨੈਸਟਲੀ ਅਸੀਂ ਬਹੁਤ ਟਾਈਮ ਰਬਦੀਪ ਦੇ ਕੈਰੇਕਟਰ ਲਈ ਕਿਸੇ ਨੂੰ ਲੱਭ ਰਹੇ ਸੀਗੇ, ਬਟ ਫਾਈਨਲੀ ਆਈ ਥਿੰਕ ਸਾਡੀ ਵਧੀਆ ਕਿਸਮਤ ਕਹਿ ਲਓ ਜਾਂ ਕੁਛ ਵੀ ਕਹਿ ਲਓ, ਦੈਟ ਵੀ ਗੋਟ ਸੱਚ ਅ ਫਾਈਨ ਐਕਟਰ, ਐਂਡ ਸਾਡੀ ਪੂਰੀ ਟੀਮ ਇਹਨਾਂ ਦੀ ਮਤਲਬ ਬਹੁਤ ਖੁਸ਼ ਆ ਦੈਟ ਅਜੇ ਇਜ਼ ਰਬਦੀਪ। ਮੈਂ ਇੱਕ ਹੀ ਵਰਡ ਕਹਿਣਾ ਚਾਹੂੰਗੀ, ਮੈਂ ਇਹਨਾਂ ਨੂੰ ਕਦੇ ਪਰਸਨਲੀ ਵੀ ਨਹੀਂ ਕਿਹਾ ਦੈਟ ਹੀ ਇਜ਼ ਦ ਬੈਸਟ ਐਂਡ ਦ ਪਰਫੈਕਟ ਰਬਦੀਪ, ਕਿਸੇ ਹੋਰ ਬੰਦੇ ਨੇ ਇੰਨਾ ਵਧੀਆ ਇਹ ਰੋਲ ਨਹੀਂ ਕਰਨਾ ਸੀਗਾ। ਤੁਸੀਂ ਪਰ ਦਿਨਾਂ ਤੁਹਾਡੀ ਫਿਲਮਾਂ ਦੇਖੀਆਂ ਜੇ ਸਰ, ਹੁਣ ਤੱਕ ਹਮੇਸ਼ਾ ਤੁਹਾਡੇ ਕਰੈਕਟਰ ਬੜੇ ਡਿਫਰੈਂਟ, ਬੜੇ ਅਲੱਗ ਜਿਹੇ ਹੁੰਦੇ ਆ, ਕਿ ਸਟੋਰੀਜ਼ ਅਲੱਗ ਬਿਲਕੁਲ ਤੁਹਾਡੇ ਕੋਲ, ਜੇ ਤੁਸੀਂ ਇਹਨੇ ਚੂਜ਼ ਹੋ ਕਿ ਹਾਂ ਤਾਂ ਕਿ ਸਕ੍ਰਿਪਟ ਕੁਝ ਡਿਫਰੈਂਟ ਹੋਏਗੀ ਹੁਣ ਅਗਲੀ ਫਿਲਮ ਤੇ ਤਾਂ ਹੀ ਕਰਨੀ ਆ? ਇਹ ਦੋਵੇਂ ਆ ਜੀ, ਮੈਨੂੰ ਹਮੇਸ਼ਾ ਰਹਿੰਦਾ ਕਿ ਮੈਂ ਕੁਝ ਵੀ ਰਿਪੀਟ ਨਾ ਹੋਏ, ਕਿਉਂਕਿ ਆਡੀਅੰਸਿਸ ਨੂੰ ਮੈਂ ਡਿਫਰੈਂਟ ਚੀਜ਼ ਦਊਂਗਾ ਹਰ ਵਾਰ, ਤਾਂ ਹੀ ਉਹ ਐਕਸਾਈਟਮੈਂਟ ਉਹਨਾਂ ਦੀ ਬਣੀ ਰਹੂਗੀ। ਐਜ਼ ਐਨ ਐਕਟਰ ਆਲਸੋ ਮੇਰਾ ਫਰਜ਼ ਬਣਦਾ ਕਿ ਮੈਂ ਕਦੇ ਕੋਈ ਰਿਪੀਟ ਨਾ ਕਰਾਂ ਚੀਜ਼। ਹਾਂ ਓਬਵੀਅਸਲੀ ਜੇ ਕੱਲ ਨੂੰ ਕੋਈ ਸੀਕੁਅਲ ਕਰਦੇ ਆ ਕੁਝ, ਉਹ ਗੱਲ ਵੱਖਰੀ ਹੁੰਦੀ ਹੈ, ਬਟ ਹਰ ਫਿਲਮ 'ਚ ਟਰਾਈ ਤਾਂ ਇਹੀ ਹੁੰਦੀ ਕਿ ਵੀ ਕੈਰੈਕਟਰ ਬਿਲਕੁਲ ਡਿਫਰੈਂਟ ਹੋਵੇ। ਫਿਲਮ ਦੇ ਵਿੱਚ ਮੁਹੱਬਤ, ਪਿਆਰ ਦੀ ਗੱਲ ਹੋ ਰਹੀ ਹੈ, ਅਜੇ ਦੇ ਲਈ ਮੁਹੱਬਤ ਕੀ? ਸਾਰੇ ਕੁਝ ਹੈ ਜੀ, ਰਿਸਪੈਕਟ ਹੈ ਮੇਰੇ ਲਈ ਮੁਹੱਬਤ। ਕਸ਼ਿਸ਼ ਦੇ ਲਈ ਪਿਓਰਿਟੀ ਮੇਰੇ ਲਈ ਮੁਹੱਬਤ ਹੈ, ਰੱਬ, ਗੋਡ। ਸੋ ਇੱਕ ਆਖਰੀ ਸਵਾਲ ਲੈਣਾ ਚਾਹਾਂ, ਕਿਉਂਕਿ ਮੈਨੂੰ ਪਤਾ ਹੈ ਕਿ ਹੁਣ ਫਿਲਮ ਦੇਖਣੀ ਆ ਅਸੀਂ ਸਭ ਨੇ। ਸੋ 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ, ਤੇ ਬੜੀ ਹਟਕੇ ਤੇ ਬੜੀ ਡਿਫਰੈਂਟ ਆ, ਤੁਸੀਂ ਕਿੰਨਾ ਸਮਝਦੇ ਹੋ ਕਿ ਹਾਂ ਸਾਡੇ ਜੋ ਫਿਲਮਾਂ ਆ ਰਹੀਆਂ ਨੇ ਇਸ ਟਾਈਮ ਤੇ, ਬੜਾ ਜ਼ਰੂਰੀ ਕਿ ਹੁਣ ਅਲੱਗ ਅਲੱਗ ਤਰ੍ਹਾਂ ਦਾ ਹੋਰ ਸਿਨੇਮਾ ਆਵੇ? ਇੱਕ ਤੁਹਾਡੇ ਵੱਲੋਂ ਵੀ ਟਰਾਈ ਕੀਤਾ ਗਿਆ ਇੱਕ ਅਲੱਗ ਤਰ੍ਹਾਂ ਦੀ, ਕਿਉਂਕਿ ਬੜੇ ਲੋਕ ਰਿਲੇਟ ਕਰ ਰਹੇ ਕਿ ਹਾਂ ਇਹ ਚੀਜ਼ਾਂ ਸਾਡੇ ਸਮਾਜ ਵਿੱਚੋਂ ਹੀ ਉੱਠੀਆਂ ਨੇ, ਇਦਾਂ ਦੀ ਚੀਜ਼ਾਂ ਸਾਨੂੰ ਅਸੀਂ ਆਮ ਲੋਕਾਂ 'ਚ ਹੀ ਦੇਖਦੇ ਹਾਂ ਜੀ। ਇੱਕ ਅਲੱਗ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕੀਤੀ ਹੈ, ਅਲੱਗ ਤਰ੍ਹਾਂ ਦੀ ਫਿਲਮ ਲੈ ਕੇ ਆਏ ਹਾਂ ਆਡੀਅੰਸਿਸ ਲਈ। ਬਹੁਤ ਸਾਲਾਂ ਤੋਂ ਇਦਾਂ ਦੀ ਲਵ ਸਟੋਰੀ ਨਹੀਂ ਦੇਖੀ ਹੋਗੀ ਕਿਸੇ ਨੇ ਆਪਣੀ, ਯੂਜੂਲੀ ਜ਼ਿਆਦਾ ਕਾਮੇਡੀ ਬਣਦੀਆਂ ਫਿਲਮਾਂ ਜਾਂ ਐਕਸ਼ਨ ਬਣਦੀਆਂ ਫਿਲਮਾਂ, ਲਵ ਸਟੋਰੀ ਜਦੋਂ ਕੰਪਲੀਟ ਲਵ ਸਟੋਰੀ ਦੀ ਗੱਲ ਆਉਂਦੀ ਹੈ ਤਾਂ ਘੱਟ ਧਿਆਨ ਦਿੱਤਾ ਜਾਂਦਾ ਹੈ, ਉਸ 'ਤੇ ਅਸੀਂ ਵੱਧ ਧਿਆਨ ਦਿੱਤਾ ਹੈ, ਤਾਂ ਹੀ ਥੋੜ੍ਹਾ ਅਲੱਗ ਵੀ ਦਿਖਾਂਗੇ, ਅਲੱਗ ਚੀਜ਼ ਲੈ ਕੇ ਆਏ ਹਾਂ। ਸਾਡੀ ਲੁੱਕ ਬੜੀ ਘੈਂਟ ਜਿਹੜੀ, ਮੈਂ ਉਹ ਕਹਾਂਗੀ ਫਿਲਮ 'ਚ ਨਜ਼ਰ ਆ ਰਹੀ, ਬੜੀ ਹਟ ਕੇ ਤੇ ਡਿਫਰੈਂਟ, ਚਾਹੇ ਡਾਇਲੋਗਸ ਦੀ ਗੱਲ ਕਰੀ ਚਾਹੇ ਲੁੱਕ ਦੀ ਗੱਲ ਕਰੀ, ਕੀ ਕਹਿੰਦੇ? ਡਾਇਲੋਗਸ ਦਾ ਸਾਰਾ ਕ੍ਰੈਡਿਟ ਤਾਂ ਇਹਨਾਂ ਨੂੰ ਜੀ, ਇਹਨਾਂ ਇਹ ਰਾਈਟਰ ਵੀ ਹੈ, ਡਾਇਲੋਗਸ ਵੀ ਇਹਨਾਂ ਨੇ ਲਿਖੇ, ਥੋੜ੍ਹੇ ਬਹੁਤ ਇੰਪਰੋਵਾਈਜ਼ ਹੁੰਦੇ ਸੀ, ਬਟ ਹਾਂ ਮੇਜਰ ਕ੍ਰੈਡਿਟ ਤਾਂ ਫਿਰ ਇਹਨਾਂ ਦਾ ਹੀ ਜਾਊਗਾ, ਤੇ ਲੁੱਕ ਤੇ ਵੀ ਗੱਲ ਇਹਨਾਂ ਦੀ ਸੀ, ਇਹਨਾਂ ਨੇ ਦਾੜੀ ਰਖਾਈ ਮੇਰੀ, ਸਾਰਾ ਕੁਝ ਇਹਨਾਂ ਨੇ ਕਰਾਇਆ। थैंक यू सो मच कॉल करने लिए, बेस्ट विशेस। असि गल करते हैं फिल्म देखने तो बाद, क्योंकि बार बार इशारा आ रहा है अंदर चल रहा है। सो ए सन मेरे नाल अजय सरकारिया ते कशिश राय, जिन्हां दी फिल्म 22 सितंबर नूं रिलीज़ हो जा रही है, अज फिल्म दा प्रीमियर आ, ते फिल्म देखने तो बाद दोबारा सरकार दे नाल गल करके उन्हां दे कोलों जानदे कि उन्हां नूं कीवें दा रिस्पोंस थिएटर दे विच मिलिया, ते की कुछ खास फिल्म नूं लैके कहना चाहुंदे ने। लेटेस्ट अपडेट नूं जानने लई देखते रहो डेली पोस्ट पंजाब, हरियाणा, हिमाचल।